ਕੋਰੋਨਾ ਮਹਾਮਾਰੀ ਨਾਲ ਸਮੁੱਚਾ ਵਿਸ਼ਵ ਅੱਜ ਜੂਝ ਰਿਹਾ ਹੈ ਪਰ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਅੱਗੇ ਹੋ ਕੇ ਲੜ ਰਹੇ ਸਿਹਤ ਵਿਭਾਗ ਵਿੱਚ ਠੇਕੇ ਤੇ ਕੰਮ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਤੇ ਦੋਹਰੀ ਮਾਰ ਪਈ ਹੈ ਜਿੱਥੇ ਇੱਕ ਪਾਸੇ ਉਹਨਾਂ ਦੀਆਂ ਜਾਨਾਂ ਖਤਰੇ ਵਿੱਚ ਹਨ ਦੂਜੇ ਪਾਸੇ ਸਰਕਾਰ ਉਹਨਾਂ ਦਾ ਸ਼ੋਸ਼ਣ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ਅਖੀਰ ਸਰਕਾਰ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਤੋਂ ਤੰਗ ਆ ਕੇ ਆਪਣੇ ਹੱਕ ਲੈਣ ਲਈ ਮੁਲਾਜ਼ਮਾਂ ਨੇ ਆਰ ਪਾਰ ਦੇ ਸੰਘਰਸ਼ ਦਾ ਬਿਗਲ ਫੂਕ ਦਿੱਤਾ ਹੈ ਤੇ ਇੱਕ ਦਿਨ ਦੀ ਸੰਕੇਤਕ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਇਸ ਸੰਬੰਧ ਵਿੱਚ ਅੱਜ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਨੇ ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਕਿਸ਼ਨ ਚੰਦ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅੱਜ ਅਸੀਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਤੰਗ ਆ ਕੇ ਅਸੀਂ ਕੋਵਿਡ ਦੇ ਦੌਰਾਨ ਜਿਹੜੀ ਅਸੀਂ ਸਟ੍ਰਾਈਕ ਨਹੀਂ ਸੀ ਕਰਨਾ ਚਾਹੁੰਦੇ ਪਿਛਲੇ ਅਸੀਂ 4 ਮਹੀਨਿਆਂ ਤੋਂ ਲਗਾਤਾਰ ਕੰਮ ਕਰ ਰਹੇ ਸੀਗੇ ਲੋਕ ਹਿੱਤਾਂ ਵਿੱਚ ਸਾਨੂੰ ਸਰਕਾਰ ਨੇ ਮਜਬੂਰ ਕਰ ਦਿੱਤਾ ਕਿ ਅਸੀਂ ਕੰਮ ਬੰਦ ਕਰਕੇ ਘੱਟੋ ਘੱਟ ਸਟ੍ਰਾਈਕ ਕਰੀਏ ਇੱਕ ਦਿਨ ਦੀ ਇਸ ਲਈ ਅਸੀਂ ਕੱਲ੍ਹ ਜਿਹੜੇ ਸਟ੍ਰਾਈਕ ਕਰਨ ਜਾ ਰਹੇ ਅੱਜ ਤੁਹਾਡੇ ਲੋਕ ਕੀ ਕੀਤਾ ਗਿਆ ਅੱਜ ਅਸੀਂ ਸਿਵਲ ਸਰਜਨ ਨੂੰ ਮੈਮੋਰੈਂਡਮ ਦਿੱਤਾ ਸਿਵਲ ਸਰਜਨ ਸਾਹਿਬ ਨੂੰ ਅਸੀਂ ਇਹ ਦੱਸਿਆ ਕਿ ਅਸੀਂ ਪਿਛਲੇ 12 ਸਾਲਾਂ ਤੋਂ ਇੱਥੇ NRHM ਦੇ ਵਿੱਚ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ 'ਚ ਮੈਡੀਕਲ ਆ ਪੈਰਾਮੈਡੀਕਲ ਆ ਕਲੈਰੀਕਲ ਆ ਪ੍ਰਸ਼ਾਸਨਿਕ ਸਟਾਫ ਹੈਗਾ ਜੋ ਪਿਛਲੇ 12 ਸਾਲਾਂ ਤੋਂ ਸਰਕਾਰ ਦੇ ਬਾਰ ਬਾਰ ਵਾਅਦਾ ਕਰਨ 'ਤੇ ਵੀ ਅਸੀਂ ਤੁਹਾਨੂੰ ਰੈਗੂਲਰ ਕਰ ਰਹੇ ਹਾਂ ਅਤੇ ਸਰਕਾਰ ਵਾਅਦਾ ਖਿਲਾਫੀ ਕਰਦੀ ਹੈ ਉਸ ਤੋਂ ਬਾਅਦ ਅਤੇ ਅਸੀਂ ਅੱਜ ਉਹਨਾਂ ਨੂੰ ਸਿਵਲ ਸਰਜਨ ਸਾਹਿਬ ਨੂੰ ਮੈਮੋਰੈਂਡਮ ਦੇਣ ਵਾਸਤੇ ਇਕੱਠੇ ਹੋਏ ਹਾਂ ਅੱਜ ਅਸੀਂ ਸਿਵਲ ਸਰਜਨ ਸਾਹਿਬ ਨੂੰ ਆਪਣਾ ਮੈਮੋਰੈਂਡਮ ਦੇਣ ਲਈ ਆਏ ਹਾਂ ਤਾਂ ਕਿਉਂਕਿ ਕੱਲ੍ਹ ਅਸੀਂ ਸਟ੍ਰਾਈਕ 'ਤੇ ਜਾ ਰਹੇ ਹਾਂ 100% ਸਟ੍ਰਾਈਕ ਅਸੀਂ ਕੱਲ੍ਹ ਤੋਂ ਕੋਈ ਰਿਪੋਰਟਿੰਗ ਕੋਈ ਕੰਮ ਕੋਈ ਐਮਰਜੈਂਸੀ ਜਿਹੜੀਆਂ ਡਿਊਟੀਜ਼ ਉਹ ਨਹੀਂ ਕਰਾਂਗੇ ਤਾਂ ਉਸ ਲਈ ਉਹਨਾਂ ਨੂੰ ਇਨਫੋਰਮ ਕਰਨਾ ਹੈ ਕਿਉਂਕਿ ਗੌਰਮੈਂਟ ਨੇ ਸਾਡੇ ਨਾਲ ਜਿਹੜੀ ਹੈ 12 ਸਾਲਾਂ ਤੋਂ ਸਿਰਫ ਇਹ ਧੋਖੇਬਾਜ਼ੀ ਕਰ ਰਹੀ ਹੈ ਵੀ ਤੁਹਾਡੇ ਲਈ ਐਕਟ ਬਣਾਇਆ ਹੈ ਤੁਹਾਡੇ ਲਈ ਪਾਲਿਸੀ ਬਣਾਈ ਹੈ ਜਦੋਂ ਕਿ ਇੰਪਲੀਮੈਂਟ ਇੱਕ ਵੀ ਚੀਜ਼ ਨਹੀਂ ਕੀਤੀ ਇੱਥੋਂ ਤੱਕ ਕਿ ਸਾਨੂੰ ਹਜੇ ਤੱਕ ਮਤਲਬ ਕੋਈ ਹੈਲਥ ਬੈਨੀਫਿਟ ਨਹੀਂ ਮਿਲਿਆ ਕੋਈ ਸਾਡੀ ਪਾਲਿਸੀ ਨਹੀਂ ਬਣੀ ਕਿਸੇ ਚੀਜ਼ ਵੀ ਨਹੀਂ ਪਰ ਹੁਣ 12 ਸਾਲਾਂ ਬਾਅਦ ਸਾਡੀ 3-4 ਮਹੀਨੇ ਪਹਿਲਾਂ ਇੱਕ ਮੀਟਿੰਗ ਹੋਈ ਉਹਦੇ 'ਚ ਸਾਨੂੰ ਕਿਹਾ ਗਿਆ ਸੀਗਾ ਕਿ ਇਸ ਕੋਵਿਡ ਦੇ ਦੌਰਾਨ ਹੀ ਅਸੀਂ ਤੁਹਾਡੀ ਜਿਹੜੀ ਰੈਗੂਲਰ ਦੀ ਤੁਹਾਨੂੰ ਇੱਕ ਗਿਫਟ ਦੇਵਾਂਗੇ ਕੋਵਿਡ ਵਿੱਚ ਕੰਮ ਕਰਨ ਦਾ ਤੁਹਾਡੀ ਜਿਹੜੀ ਰੈਗੂਲਰ ਦੀ ਪਾਲਿਸੀ ਆ ਉਹਨੂੰ ਅਸੀਂ ਬਣਾਵਾਂਗੇ ਉਹਨੂੰ ਤੁਹਾਡੀ ਪ੍ਰੋਸੈਸਿੰਗ ਜਿਹੜੀ ਸਟਾਰਟ ਕਰਾਂਗੇ ਪਰ ਗਵਰਨਮੈਂਟ ਨੇ ਉਹ ਨਾ ਕਰਦੇ ਹੋਏ ਸਗੋਂ ਨਵੀਆਂ ਪੋਸਟਾਂ ਜਿਹੜੀਆਂ ਨੇ ਸਾਡੀ ਜਗ੍ਹਾ 'ਤੇ ਨਵੀਆਂ ਪੋਸਟਾਂ ਕ੍ਰੀਏਟ ਕਰ ਦਿੱਤੀਆਂ ਜੋ ਕਿ ਸਾਡੇ ਨਾਲ ਸਭ ਤੋਂ ਵੱਡੀ ਧੱਕੇਸ਼ਾਹੀ ਆ ਔਰ ਉਸੇ ਚੀਜ਼ ਨੂੰ ਅਸੀਂ ਇਸ ਡਿਮਾਂਡ ਨੂੰ ਲੈ ਕੇ ਕਿ ਜਿਹੜੀਆਂ ਨਵੀਆਂ ਪੋਸਟਾਂ ਨੇ ਉਹਨਾਂ ਨੂੰ ਰੋਕਿਆ ਜਾਵੇ ਅਤੇ ਸਾਡੀ ਜਿਹੜੀ ਭਰਤੀ ਆ ਉਹਨਾਂ ਦੇ ਵਿੱਚ ਕੀਤੀ ਜਾਵੇ ਜਿਹੜੇ ਸਾਡਾ ਇੰਨਾ ਮਤਲਬ 15-15 ਸਾਲ ਤੋਂ ਐਕਸਪੀਰੀਅੰਸ ਸਟਾਫ ਆ ਉਹਨੂੰ ਰੱਖਿਆ ਜਾਵੇ ਉਹਦੇ ਵਿੱਚ ਇਸ ਲਈ ਅਸੀਂ ਕੱਲ੍ਹ ਤੋਂ ਸਟ੍ਰਾਈਕ 'ਤੇ ਜਾ ਰਹੇ ਹਾਂ ਗੁਰਦਾਸਪੁਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ